ਪੰਜਾਬੀ ਰੇਡੀਓ ਯੂਐਸਏ ਸੌਨਰੀ ਸਾਰੇ ਸਰੋਤਿਆਂ ਨੂੰ ਮੇਰੇ ਜਗਮਉਂ ਸਿੰਘ ਵੱਲੋਂ ਮੇਰੇ ਰਾਜਕੰਬੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਅੱਜ 27 ਫਰਵਰੀ ਦਿਨ ਸੋਮਵਾਰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਹਾਡੇ ਲਈ ਲੈ ਕੇ ਆਏਗੇ ਜੀ ਵਰਲਡ ਨਿਊਜ਼ ਇਸ ਦੇ ਨਾਲ ਨਾਲ ਅਮਰੀਕਾ ਦੀਆਂ ਖਬਰਾਂ ਮੌਸਮ ਦੀ ਜਾਣਕਾਰੀ ਸਟਾਕ ਮਾਰਕੀਟ ਦੀ ਜਾਣਕਾਰੀ ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਇਹ ਸਾਰੀਆਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੀ ਆਪਣੇ ਸਪਾਂਸਰਸ ਦਾ ਸਾਡੇ ਅੱਜ ਦੇ ਖਬਰਾਂ ਦੇ ਬੁਲਟਨ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਨਾਰੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ ਅਮਰੀਕਾ ਦੀਆਂ 33 ਤੋਂ ਵੱਧ ਸਟੇਟਸ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ ਇਸ ਦੇ ਨਾਲ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫ੍ਰੀਮੰਟੋਂ ਮਨਜੀਤ ਸਿੰਘ ਨਰਿੰਦਰ ਕੌਰ ਕੁਲਾਸ ਕੁਲਾਰ ਗਲੋਵਿਸ ਤੋਂ ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋਵੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜਾਂ ਈਮੇਲ ਕਰ ਸਕਦੇ ਹੋ info@punjabireadiousa.com ਦੇ ਉੱਤੇ ਅੱਗੇ ਤੇ ਹੁਣ ਵੱਧਦੇ ਹਾਂ ਖਬਰਾਂ ਦੇ ਵੱਲ ਤੇ ਸਭ ਤੋਂ ਪਹਿਲਾਂ ਖਬਰ ਜਿਹੜੀ ਜੀ ਆ ਰਹੀ ਹੈ ਬਿਲੀਅਨਰ ਵਿਲਬਰ ਰੌਸ ਜਿਹੜੀ ਕਿ ਕਈ ਦਿਨਾਂ ਤੋਂ ਖਬਰ ਚੱਲ ਰਹੀ ਸੀ ਕਿ ਕਮਰਸ ਸੈਕਟਰੀ ਉਹ ਹੁਣ ਜਿਹੜੇ ਜੀ ਚੁਣਲੇ ਗਏ ਨੇ ਸੈਨੇਟ ਦੇ ਵਿੱਚ ਜਿਹੜੀ VOTING ਹੋਈ ਹੈ 72 ਦੇ ਮੁਕਾਬਲੇ 27 VOTES ਦੇ ਨਾਲ ਉਹਨਾਂ ਦੀ ਕਨਫਰਮੇਸ਼ਨ ਜਿਹੜੀ ਜੀ ਪੂਰੀ ਹੋਈ 90 ਸਾਲਾਂ ਦੇ ਇਹ ਕਰੋੜਪਤੀ ਵਿਲਬਰ ਰੌਸ ਜਿਹੜਾ ਜੀ ਇਸ ਨੂੰ ਲੈ ਕੇ 19 ਇਹਨਾਂ ਦੇ ਵਿੱਚ ਜਿਹੜੇ ਡੈਮੋਕ੍ਰੇਟ ਸੈਨੇਟਰਸ ਨੇ ਇਹਨਾਂ ਦਾ ਸਾਥ ਦਿੱਤਾ ਤੇ ਇਸ ਦੇ ਨਾਲ ਨਾਲ ਇੱਕ ਇੰਡੀਪੈਂਡੈਂਟ ਸੈਨੇਟਰ ਦੀ VOTE ਵੀ ਇਹਨਾਂ ਦੇ ਹੱਕ ਦੇ ਵਿੱਚ ਗਈ ਜੀ ਇਸ ਤੋਂ ਪਹਿਲਾਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਜਦੋਂ ਆਪਣੀ ਇਲੈਕਸ਼ਨ ਜਿੱਤ ਚੁੱਕੇ ਹਨ ਉਸੇ ਵਕਤੇ ਜਿਹੜਾ ਜੀ ਇਹਨਾਂ ਦਾ ਨਾਮ ਅਨਾਉਂਸ ਕੀਤਾ ਗਿਆ ਸੀ ਕਿ ਉਹ ਆਪਣਾ ਦੇ ਕਮਰ ਸੈਕਟਰੀ ਹੋਣਗੇ ਹਾਲਾਂਕਿ ਕਾਫੀ دیر ਬਾਅਦ ਦੇ ਵਿੱਚ ਯੂਐਸ ਦੇ ਵਿੱਚ ਇਹਨਾਂ ਦੀ ਜਿਹੜੀ ਫਾਈਨਲ ਕਨਫਰਮੇਸ਼ਨ ਅੱਜ ਹੋਈ ਵਿਲਬਰ ਰੌਸ ਜਿਹੜੇ ਜੀ ਇਹਨਾਂ ਦਾ ਇਤਿਹਾਸ ਰਿਹਾ ਹੈ king of bankruptcy ਵੀ ਕਿਹਾ ਜਾਂਦਾ ਇਹਨਾਂ ਨੂੰ king of bankruptcy ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਫੇਲ ਹੋਈਆਂ ਕੰਪਨੀਆਂਜ਼ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰਕੇ ਤੇ ਉਹ ਉੱਤੇ ਵਧੇ ਨੇ ਤੇ ਸੋ 트럼ਪ ਖਾਸ ਕਰਕੇ ਦੇਖ ਰਹੇ ਨੇ ਜਿਹੜੀਆਂ ਡੀਲਸ ਇਹਨਾਂ ਨੇ ਕਰਨੀਆਂ ਚਾਈਨਾ ਦੇ ਨਾਲ ਜਾਂ ਫਿਰ ਨਾਫਟਾ ਜਿਹੜੀ ਕਿ ਬਹੁਤ ਚਰਚਾ ਦੇ ਵਿੱਚ ਡੋਨਲਡ 트럼ਪ ਨੇ ਆਪਣੇ ਕੈਂਪੇਨ ਦੇ ਵਿੱਚ ਰੱਖੀ ਹੈ ਉਸ ਦੇ ਉੱਤੇ ਕਿਵੇਂ ਜਿਹੜਾ ਜੀ ਉਹਨਾਂ ਨੇ ਟਰਮਸ ਦੇ ਵਿੱਚ ਚੇਂजेस ਕਰਨੀਆਂ ਉਸ ਦੇ ਵਿੱਚ ਬਹੁਤ ਜ਼ਿਆਦਾ ਐਮ ਭੂਮਿਕਾ ਇਹਨਾਂ ਦੀ ਹੋਣ ਵਾਲੀ ਹੋਵੇਗੀ ਅ ਵੈਸੇ ਕਮਰਸ ਸੈਕਟਰੀ ਦਾ ਵਾਸ਼ਿੰਗਟਨ ਡੀਸੀ ਦੇ ਵਿੱਚ ਮੰਨਿਆ ਜਾਂਦਾ ਸਰਕਾਰ ਦੇ ਵਿੱਚ ਇਹਨਾਂ ਆਧਾਰ ਨਹੀਂ ਹੁੰਦਾ ਪਰ ਬਿਲਬਰ ਰੌਸ ਦਾ ਕਿਰਦਾਰ ਉਸ ਸਰਕਾਰ ਦੇ ਵਿੱਚ ਕਾਫੀ ਵੱਡਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਡੋਨਲਡ 트ੰਪ ਲਗਾਤਾਰ ਮੇਕ ਇਨ ਯੂਐਸਏ ਜਿਹੜਾ ਜੀ ਉਹ ਬ੍ਰਾਂਡ ਦੇ ਉੱਤੇ ਹੁਣ ਕਰ ਰਹੇ ਨਹੀਂ ਤੇ ਉਹ ਜੌਬਸ ਤਲਾਸ਼ਣ ਦੇ ਲਈ ਬਿਲਬਰ ਰੋਸ ਦੀ ਮਦਦ ਉਹ ਲੈਣਗੇ ਜੀ ਇਸ ਤੋਂ ਅਗਲੀ ਖਬਰ ਵੱਲ ਸਲੋਤੇ ਜੇ ਵਧੀਏ ਵੀ ਰਾਸ਼ਪਤੀ ਡੋਨਲਡ ਟਰੰਪ ਨੇ ਜਿਹੜੇ ਯੂ ਐਸ ਮਿਲਟਰੀ ਦੇ ਬਜਟ ਦੇ ਵਿੱਚ 10 ਫੀਸ ਦੀ ਵਾਧੇ ਦਾ ਐਲਾਨ ਕੀਤਾ ਆ ਇਸ ਦੇ ਕਰਕੇ ਜਿਹੜਾ ਪੈਂਟਾਗਨ ਦਾ ਬਜਟ ਆ 603 ਬਿਲੀਅਨ ਡਾਲਰ ਤੱਕ ਜਾ ਪਹੁੰਚੇਗਾ ਤੇ ਇਹ ਜਿਹੜਾ ਜਿਹੜਾ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡੀ ਮਿਲਟਰੀ ਪਾਵਰ ਜਿਹੜੀ ਬਣਨ ਦੀ ਜਿਹੜੀ ਕੋਸ਼ਿਸ਼ ਆ ਤੇ ਹੈਗੀ ਇਕਸਾਬ ਦੇ ਨਾਲ ਹੈ ਤੇ ਇਸ ਦੇ ਬਾਰੇ ਜਿਹੜਾ ਇਹ ਐਲਾਨ ਕੀਤਾ ਗਿਆ ਵੀ ਨਾਲ ਇਸ ਦੇ 54 ਬਿਲੀਅਨ ਡਾਲਰ ਦੇ ਵੱਖ-ਵੱਖ ਹੋਰ ਮਹਿਕਮਿਆਂ ਦੇ ਵਿੱਚੋਂ ਜਿਹੜੇ ਕੱਟਸ ਬਜਟ ਦੇ ਵਿੱਚ ਲਾਏ ਜਾਣਗੇ ਜਾਂ ਉਹਨਾਂ ਨੂੰ 10% ਦੀ ਆਪਾਂ ਕਹਿ ਸਕਦੇ ਆ ਤੇ ਉਹ ਸਾਰੇ ਬਜਟ ਕੱਟਸ ਮਿਲਟਰੀ ਵਾਲੇ ਪਾਸੇ ਨੂੰ ਜਾਣਗੇ ਪਰ ਜੇ ਹਾਊਸ ਵਾਈਟ ਹਾਊਸ ਬਜਟ ਡਾਇਰੈਕਟਰ ਮਿਕ ਮੋਲਵਨੀ ਦੀ ਗੱਲ ਮੰਨੀਏ ਤਾਂ ਉਹਨਾਂ ਨੇ ਕਿਹਾ ਵੀ ਮਹਿਜ 3% ਦਾ ਹੀ ਵਾਧਾ ਕਰਨ ਦਾ ਐਲਾਨ ਹੈ ਤੇ ਇਹ ਜਿਹੜਾ ਬਜਟ 603 ਬਿਲੀਅਨ ਤੱਕ ਪਹੁੰਚੇਗਾ ਤੇ ਜ਼ਿਕਰ ਜੋ ਕਹਿੰਦੇ ਜੀ ਗੱਲ ਇਹ ਆ ਵੀ ਰਾਸ਼ਟਰਪਤੀ ਬਰਾਕ ਬਾਮਾ ਦੇ ਸਮੇਂ ਦੇ ਉੱਤੇ ਇਹ ਪੈਂਟਾਗਨ ਦਾ ਬਜਟ 584 ਬਿਲੀਅਨ ਡਾਲਰ ਦੇ ਉੱਤੇ ਸੀਗਾ ਤੇ ਜੇ ਦੱਸ ਜਾਈਏ ਵੀ ਅਮਰੀਕਾ ਦੀ ਇਸ ਟਾਈਮ ਮਹਿੰਗਾਈ ਦਰ 2.5 ਫੀਸ ਦੀ ਦੱਸੀ ਜਾਂਦੀ ਹੈ ਉਸ ਨਾਲੋਂ ਥੋੜਾ ਜਿਹਾ ਵੱਧ ਜਿਹੜਾ ਇਹ ਬਜਟ ਦਾ ਜਿਹੜਾ ਉਹ ਵਾਧਾ ਆ ਉਹ ਕੀਤਾ ਜਾਵੇਗਾ ਰਿਪਬਲਿਕਨ ਸੈਨੇਟਰ ਜான் ਮਕੇਨ ਉਹਨਾਂ ਨੇ ਆਖਿਆ ਵੀ ਰਾਸ਼ਪਤੀ 트럼ਪ ਜਿਹੜਾ ਉਹਨਾਂ ਨੇ ਬਜਟ ਇਸ ਪਾਸੇ ਨੂੰ ਵਧਾਇਆ ਉਹ ਇੱਕ ਚੰਗੀ ਗੱਲ ਆ ਰਾਸ਼ਪਤੀ ਓਬਾਮਾ ਦੇ ਸਮੇਂ ਦੇ ਵਿੱਚ ਆਪਣੀ ਜਿਹੜੀ ਮਿਲਟਰੀ ਆ ਉਹ ਅੰਡਰ ਫੰਡਡ ਸੀ ਉਹਨਾਂ ਕੋ ਪੈਸੇ ਪੂਰੇ ਨਹੀਂ ਸੀ ਤੇ ਜੇ ਮੰਨ ਲਓ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਸਵਾਲ ਉੱਠਦੇ ਤਾਂ ਉਸ ਦੇ ਵਿੱਚ ਆਪਾਂ ਪਿੱਛੇ ਰਹਿ ਸਕਦੇ ਸੀ ਉਧਰ ਜਿਹੜੇ ਐਲਿਜ਼ਾਬੈਥ ਵਾਰਨ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਵੀ ਜਿਹੜੇ ਵੱਖ-ਵੱਖ ਹੋਰ ਮਹਿਕਮਿਆਂ ਦੇ ਵਿੱਚੋਂ 54 ਬਿਲੀਅਨ ਡਾਲਰ ਕੱਟੇ ਜਾ ਰਹੇ ਆ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਸੋ ਇਹ ਹੁਣ ਅਨੁਮਾਨ ਲਾਇਆ ਜਾ ਸਕਦਾ ਹੈ ਵੀ ਆਉਂਦੇ ਬਰੇ ਦੇ ਵਿੱਚ ਜਿਹੜੇ ਬਜਟ ਆ ਮਿਲਟਰੀ ਦੇ ਉੱਤੇ ਬਹੁਤ ਜ਼ਿਆਦਾ ਸਪੈਂਡਿੰਗ ਹੋਵੇਗੀ ਆਪਣੇ ਕੈਂਪੇਨ ਦੇ ਵਿੱਚ ਵੀ ਮਿਲਟਰੀ ਨੂੰ ਸਟਰੋਂਗ ਕਰਨ ਦੀ ਉਹਨਾਂ ਦੇ ਬਜਟ ਦੇ ਵਿੱਚ ਵਾਧੇ ਦੀ ਗੱਲ ਉਹ ਹਮੇਸ਼ਾ ਕਰਦੇ ਰਹੇ ਨੇ ਜੀ ਤੇ ਅਗਲੀ ਖਬਰ ਦੇ ਵੱਲ ਵਧਦੇ ਅਗਲੀ ਖਬਰ ਆ ਰਹੀ ਹੈ ਕੈਲੀਫੋਰਨੀਆ ਤੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨੀ ਜਿਹੜੀਆਂ ਆਈਸ ਯਾਨੀ ਕਿ ਇਮੀਗ੍ਰੇਸ਼ਨ ਅਥਾਰਟिटीज ਨੇ ਜਿਹੜੀਆਂ ਰੇਡਸ ਕੀਤੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਇਲੀਗਲ ਇਮੀਗ੍ਰੈਂਟਸ ਦੀਆਂ ਉਸ ਦੇ ਸਬੰਧ ਵਿੱਚ ਜਾਣਕਾਰੀ ਮੰਗਵਾਈ ਹੈ ਕੈਲੀਫੋਰਨੀਆ ਲੈਜਿਸਲੇਟਿਵ ਮੈਂਬਰਸ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਫ੍ਰੀडम ਇਨਫੋਰਮੇਸ਼ਨ ਐਕਟ ਦੇ ਤਹਿਤ ਉਹਨਾਂ ਨੇ ਜਾਣਕਾਰੀ ਮੰਗੀ ਹੈ ਕਿੰਨੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਕਿਹੜੇ ਕਿਹੜੇ ਲੋਕਾਂ ਦੀ ਜਾਨੀ ਗ੍ਰਿਫਤਾਰੀਆਂ ਕੀਤੀਆਂ ਗਈਆਂ ਕਿਉਂਕਿ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਖਬਰਾਂ ਆ ਰਹੀਆਂ ਚਾਰਸ ਤੇ ਬਾਰ ਸਕੂਲ ਤੇ ਬਾਰ ਜਿਹੜੇ ਆਈਸ ਦੇ ਅਧਿਕਾਰੀ ਉਹ ਜਾਂਦੇ ਨੇ ਉੱਥੋਂ ਗ੍ਰਿਫਤਾਰੀਆਂ ਕਰਦੇ ਨੇ ਸੋ ਉਸ ਦੇ ਵਿੱਚ ਹਾਲਾਂਕਿ ਰਾਸ਼ਟਰਪਤੀ 트ੰਪ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਲਗਾਤਾਰ ਇਹ ਕਹਿ ਰਿਹਾ ਕਿ ਅਸੀਂ ਸਿਰਫ ਇਲੀਗਲ ਕ੍ਰਿਮੀਨਲਸ ਜਿਹੜੇ ਇਲੀਗਲ ਇਮੀਗ੍ਰੈਂਟਸ ਹੈਗੇ ਜਿਹੜੇ ਕ੍ਰਿਮੀਨਲ ਐਕਟੀਵਿਟੀ ਚ ਇਨਵੋਲਵਡ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਹਾਂ ਪਰ ਦਸ ਚਾਰ ਹੈ ਜਿੰਨੇ ਵੀ ਉਹ ਚਾਈ ਇਲੀਗਲ ਇਮੀਗਰੈਂਟ অর ਕ੍ਰਿਮੀਨਲ ਐਕਟੀਵਿਟੀ ਚ ਇਨਵੋਲਵ ਹਨ ਅੱਜ ਫਿਰ ਨਹੀਂ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਸੋ ਇਸ ਕਰਕੇ ਕੈਲੀਫੋਰਨੀਆ ਲੈਜਿਸਲੇਟਿਵ ਮੈਂਬਰਸ ਨੇ ਇਹ ਖਾਸ ਫੈਸਲਾ ਲਿਆ ਕਿ ਉਹਨਾਂ ਦੀ ਜਾਣਕਾਰੀ ਦਿੱਤੀ ਜਾਵੇ ਇਸ ਵਿੱਚ ਆਪਾਂ ਜੇ ਆંકੜੇ ਦੇਖਦੇ ਹਾਂ ਕੈਲੀਫੋਰਨੀਆ ਦੇ ਵਿੱਚ 3 ਮਿਲੀਅਨ ਦੇ ਲਗਭਗ ਕਹਿੰਦੇ ਜਿਹੜੇ ਇਲੀਗਲ ਇਮੀਗਰੈਂਟ ਰਹਿੰਦੇ ਨੇ ਸੋ ਉਸ ਦੇ ਵਿੱਚ ਨੌਨ ਸਿਟੀਜ਼ਨ ਪੋਪੂਲੇਸ਼ਨ ਵੀ 5 5.5 ਮਿਲੀਅਨ ਦੇ ਦੱਸੀ ਜਾਂਦੀ ਹੈ ਜੀ ਤੇ ਇਸ ਕਰਕੇ ਸ਼ਾਇਦ 트럼ਪ ਦੇ ਐਡਮਿਨਿਸਟ੍ਰੇਸ਼ਨ ਦੇ ਇਮੀਗ੍ਰੇਸ਼ਨ ਦੀ ਪਾਲਿਸੀਸ ਦਾ ਖਾਸ ਧਿਆਨ ਕੈਲੀਫੋਰਨੀਆ ਦੇ ਵੱਲ ਨੂੰ ਹੋਵੇਗਾ ਜੀ ਸੋ ਉਸ ਨੂੰ ਪਹਿਲਾਂ ਤੋਂ ਤਿਆਰੀ ਦੇ ਲਈ ਸ਼ਾਇਦ ਕੈਲੀਫੋਰਨੀਆ ਲੈਜਿਸਲੇਟਿਵ ਮੈਂਬਰਸ ਹੁਣ ਇਹ ਜਾਣਕਾਰੀ ਮੰਗ ਰਹੇ ਨੇ ਕਿ ਕਿਸ ਆਧਾਰ ਤੇ ਉਹ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਕੈਲੀਫੋਰਨੀਆ ਦੇ ਵਿੱਚ ਜੀ ਜਿਸ ਦੇ ਵਿੱਚ ਜੇ ਅਗਲੀ ਆਪਾਂ ਨਾਲ ਐਡ ਕਰੀਏ ਗੱਲ ਵੀ ਇਹ ਬਿਆਨ ਜਿਹੜੇ ਆਏ ਆ ਆਈਸ ਦੇ ਵੱਲੋਂ ਵੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮੇਂ ਦੇ ਦੌਰਾਨ ਹਰ ਹਫਤੇ ਪੰਜ ਲੋਕਾਂ ਨੂੰ ਫੈਡਰਲ ਕਸਟਡੀ ਦੇ ਵਿੱਚ ਇਲੀਗਲਸ ਨੂੰ ਘੱਲਿਆ ਜਾਂਦਾ ਸੀ ਪਰ ਇਸ ਮੌਕੇ ਉਸ ਦੀ ਰਫ਼ਤਾਰ 7 ਗੁਣਾ ਵਧੀ ਹੋਈ ਹੈ ਤਕਰੀਬਨ 35 ਬੰਦੇ ਹਰ ਹਫਤੇ ਇਲੀਗਲ ਜਿਹੜੇ ਫੜ ਕੇ ਫੈਡਰਲ ਕਸਟਡੀ ਦੇ ਵਿੱਚ ਉਹ ਘੱਲੇ ਜਾ ਰਹੇ ਨੇ ਇੱਕ ਡਰ ਸਹਿਮ ਦਾ ਮਾਹੌਲ ਜਰੂਰ ਬਣਿਆ ਹੋਇਆ ਆ ਤੇ ਅਸੀਂ ਪੰਜਾਬੀ ਡਿਊਟੀ ਯੂਐਸਏ ਵੱਲੋਂ ਤੁਹਾਨੂੰ ਅਪੀਲ ਇਹ ਕਰਨਾ ਚਾਹੁੰਦੇ ਆ ਜੇਕਰ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਤਾਂ ਆਪੋ ਆਪਣੇ ਜਿਹੜੇ ਅਟਰਨੀਜ਼ ਆ ਇਮੀਗ੍ਰੇਸ਼ਨ ਅਟਰਨੀਜ਼ ਆ ਉਹਨਾਂ ਦੇ ਨਾਲ ਤੁਰੰਤ ਸਲਾਹ ਕਰੋ ਜੀ ਤੇ ਅਗਲੀ ਖਬਰ ਆ ਰਹੀ ਹੈ ਜੀ ਇਰਾਕ ਤੋਂ ਜੀ ਇਰਾਕ ਦੇ ਜਿਹੜੇ ਫੌਜੀ ਆ ਉਹਨਾਂ ਨੇ ਜਿਹੜਾ ਮੋਜ਼ਲ ਦਾ ਪੁਲ ਸੀਗਾ ਉਸ ਨੂੰ ਮੁੜ ਕਬਜ਼ੇ ਦੇ ਵਿੱਚ ਲੈ ਲਿਆ ਆ ਇਹ ਇਸਲਾਮਿਕ ਸਟੇਟ ਆ ਉਸ ਦੇ ਕਬਜ਼ੇ ਅਧੀਨ ਸੀਗਾ ਟਿਗ੍ਰਿਸ ਨਦੀ ਰਿਵਰ ਦੇ ਬਿਲਕੁਲ ਨਜ਼ਦੀਕ ਇਹ ਪੁਲ ਪੈਂਦਾ ਆ ਜਿਸ ਕਰਕੇ ਉਹ ਇਲਾਕਾ ਪੂਰੀ ਤਰ੍ਹਾਂ ਸਾਰੇ ਦੁਨੀਆ ਦੇ ਨਾਲੋਂ ਕੱਟਿਆ ਹੋਇਆ ਸੀਗਾ ਇਸ ਪੁਲ ਨੂੰ ਮੁੜ ਕੇ ਕਬਜ਼ੇ ਵਿੱਚ ਲੈਣ ਦੇ ਕਰਕੇ ਹਜ਼ਾਰਾਂ ਲੋਕਾਂ ਨੂੰ ਉੱਥੋਂ ਸੁਰੱਖਿਅਤ ਲੰਘਣ ਦੇ ਲਈ ਲਾਂਘਾ ਮਿਲ ਚੁੱਕਾ ਆ ਇਹ ਪੁਲ ਨੂੰ ਕਬਜ਼ਾ ਦੇ ਲਈ 100 ਦਿਨ ਤੋਂ ਲਗਾਤਾਰ ਇराकी ਫੋਰਸਸ ਆ ਉਹ ਆਈਸਿਸ ਦੇ ਨਾਲ ਲਗਾਤਾਰ ਲੜ ਰਹੀਆਂ ਸੀ ਤੇ ਬੜੇ ਚਿਰ ਦੀ ਤੋਂ ਬਾਅਦ ਵਿੱਚ ਹੀ ਇਹਨਾਂ ਨੂੰ ਇਹ ਸਫਲਤਾ ਪ੍ਰਾਪਤ ਹੋਈ ਆ ਇਹ ਜਿਹੜਾ ਆਂਕੜਾ ਆ ਇਸ ਦੇ ਬਾਰੇ ਜਿਹੜੀ ਆ ਅਧਿਕਾਰੀਆਂ ਨੇ ਇराकी ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹਾਂ ਜੀ ਬਿਲਕੁਲ ਰਿਬਨ ਪਿਛਲੇ 4-5 ਮਹੀਨਿਆਂ ਤੋਂ ਲਗਾਤਾਰ ਆਪ ਅਪਡੇਟ ਅਮਰੀਕਾ ਦੇ ਵਿੱਚ ਵੀ ਇਹ ਅਪਡੇਟ ਦਿੰਦੇ ਆ ਰਹੇ ਆਂ ਵੀ ਇराकी ਫੋਰਸਸ ਯੂ ਐਸ 에어 ਫੋਰਸ ਦੇ ਨਾਲ ਮਿਲ ਕੇ ਪੂਰੀ ਜਿਹੜੀ ਜਿਹੀ ਤਿਆਰੀ ਕਰ ਰਹੇ ਮੋਸਲ ਸ਼ਹਿਰ ਦੇ ਉੱਤੇ ਜਿਹੜਾ ਕਿ ਕਾਫੀ ਅਹਿਮ ਉੱਥੇ ਉਹਨਾਂ ਦਾ ਟਿਕਾਣਾ ਸੀਗਾ ਆਈਸੀਐਸ ਦੇ ਸੀਨੀਅਰ ਅਧਿਕਾਰੀਆਂ ਦਾ ਉਸ ਨੂੰ ਮੁੜ ਦੁਬਾਰਾ ਹਥਿਆਇਆ ਜਾਵੇ ਜੀ ਤੇ ਦੱਸ ਜੇ ਵੀ ਮੋਸਲ ਦੇ ਨਜ਼ਦੀਕ ਤਕਰੀਬਨ 7.5 ਲੋਕ 7.5 ਲੱਖ ਲੋਕ ਜਿਹੜੇ ਆ ਉੱਥੇ ਰਹਿੰਦੇ ਨੇ ਤੇ ਅਜੇ ਉਹਨਾਂ ਦੀ ਜਾਨ ਨੂੰ ਇਸ ਲੜਾਈ ਦੇ ਕਰਕੇ ਜਿਹੜਾ ਆ ਉਹ ਖਤਰਾ ਬਣਿਆ ਹੋਇਆ ਆ ਯੂਨਾਈਟਿਡ ਨੇਸ਼ਨ ਦੇ ਵਰਲਡ ਫੂਡ ਪ੍ਰੋਗਰਾਮ ਉਹਨਾਂ ਨੇ ਇਹ ਕਿਹਾ ਵੀ ਇਨਸਾਨੀਅਤ ਦੇ ਨਾਤੇ ਤੇ ਜੇ ਦੇਖਿਆ ਜਾਵੇ ਤੇ ਇਹ ਬੜੀ ਇੱਕ ਚਿੰਤਾਜਨਕ ਗੱਲ ਆ ਵੀ ਉਹਨਾਂ ਦਾ ਜਿਹੜਾ ਰੋਜ਼ਗਾਰ ਦੇ ਇਲਾਵਾ ਜਿਹੜੀ ਰੋਟੀ ਵੀ ਜਿਹੜੀ ਆ ਉਹਨਾਂ ਨੂੰ ਬਿਲਕੁਲ ਵੀ ਨਹੀਂ ਮਿਲ ਰਹੀ ਰੋਜ਼ਗਾਰ ਤਾਂ ਬਹੁਤ ਦੂਰ ਦੀ ਗੱਲ ਆ ਜੀ ਤੇ ਅਗਲੀ ਖਬਰ ਉਸ ਦੇ ਵਾਲਾ ਆਪਾਂ ਵਾਧਦੇ ਆ ਅਗਲੀ ਖਬਰ ਆ ਰਹੀ ਹੈ ਰਿਵਰਸਾਈਡ ਕੈਲੀਫੋਰਨੀਆ ਤੋਂ ਜਿੱਥੇ ਇੱਕ ਜਿਹੜਾ ਜੀ ਸਮਾਲ ਪਲੇਨ ਉਹ ਕ੍ਰੈਸ਼ ਕਰ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਤੇ ਪੰਜ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ ਆ ਬਿਲਕੁਲ ਜੀ ਇਹ ਘਰ ਦੇ ਵਿੱਚ ਸਿੱਧਾ ਆ ਵਜ੍ਹਾ ਜਿਸ ਕਰਕੇ ਉਹ ਘਰ ਬਾਅਦ ਦੇ ਵਿੱਚ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਇਹ ਕਿਹਾ ਜਾ ਰਿਹਾ ਵੀ ਕੁਝ ਕਿ ਜਾਣੇ ਉਸ ਛੋਟੇ ਜਹਾਜ਼ ਦੇ ਵਿੱਚ ਸਵਾਰ ਸੀਗੇ ਪਹਿਲਾਂ ਕਈਆਂ ਦਾ ਲਾਪਤਾ ਵੀ ਦੱਸਿਆ ਗਿਆ ਹੋਇਆ ਆ ਤੇ ਉਸ ਤੋਂ ਬਾਅਦ ਦੇ ਵਿੱਚ ਤੁਰੰਤ ਉੱਥੇ ਫਾਇਰ ਫਾਈਟਰਸ ਆ ਉਹਨਾਂ ਨੇ ਪਹੁੰਚ ਕੇ ਉਹਨਾਂ ਨੂੰ ਬਚਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਇੱਕ ਜਣਾ ਮੌਕੇ ਤੇ ਹੀ ਮਾਰਿਆ ਗਿਆ ਆ ਤੇ ਕਈਆਂ ਨੂੰ ਇਸ ਟਾਈਮ ਜਿਹੜੀ ਅਲਾ ਅੱਜ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਜੀ ਤੇ ਇਹਦੀ ਹੋਰ ਡਿਟੇਲ ਦੇ ਵਿੱਚ ਦੱਸ ਦ ਰਾਜੀ ਤਕਰੀਬਨ ਪੌਣੇ 5:00 ਵਜੇ ਇਹ ਪਲੇਨ ਕ੍ਰੈਸ਼ ਕਰਨ ਦੀ ਖਬਰ ਜਿਹੜੀ ਆਈ ਸੀਗੀ ਰਿਵਰ ਸਾਈਡ 에어ਪੋਰਟ ਤੋਂ ਇਹ ਜਿਹੜਾ ਜੀ ਪਲੇਨ ਸੈਨੋਜ਼ੇ ਦੇ ਵੱਲੋਂ ਆ ਰਿਹਾ ਸੀ ਉਡਾਣ ਭਰ ਕੇ ਜਦੋਂ ਇਹ ਜਿਹੜਾ ਜੀ ਕ੍ਰੈਸ਼ ਕਰ ਗਿਆ ਰਿਵਰ ਸਾਈਡ ਇੱਕ ਕਰ ਦੇ ਉੱਤੇ ਹਾਲਾਂਕਿ ਅਧਿਕਾਰੀ ਇਹਨੇ ਕਿਹਾ ਕਿ ਇਸ ਦੀ ਜਾਂਚ ਦੇ ਲਈ ਆਦੇਸ਼ ਦਿੱਤੇ ਗਏ ਨੇ ਜਾਂਚ ਦੇ ਆਦੇਸ਼ ਆਉਣ ਦੇ ਜਾਂਚ ਆਉਣ ਦੇ ਵਿੱਚ ਅਜਾ ਕਈ ਜਿਹੜੇ ਸਮਾਂ ਲੱਗ ਜਾਊਗਾ ਫਿਲਹਾਲ ਉਸ ਦੇ ਵਿੱਚ ਤੇ ਫਾਇਰ ਫਾਈਟਿੰਗ ਟੀਮ ਜਿਹੜੀ ਪਹੁੰਚੀ ਹੋਈ ਹੈ ਜੋ ਉੱਥੇ ਜਖਮੀਆਂ ਨੂੰ ਹਸਪੀਟਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ ਜੀ ਤੇ ਨਾਲ ਹੀ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਵੀ ਜਿਹੜੇ ਸਪੇਸਐਕਸ ਬੇਅਰੀਆ ਦੇ ਬਿਲੀਅਨਅਰ ਐਟਰਪ੍ਰੈਨਰ ਇਲਨ ਮਸਕ ਦੀ ਇਹ ਕੰਪਨੀ ਆ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਵੀ ਚੰਦਰਮਾ ਤੱਕ 2018 ਦੇ ਵਿੱਚ ਇੱਕ ਪ੍ਰਾਈਵੇਟ ਟ੍ਰਿਪ ਨਿੱਜੀ ਟ੍ਰਿਪ ਲੋਕਾਂ ਦੇ ਨਾਲ ਭਰਿਆ ਹੋਇਆ ਉਹ ਲੈ ਕੇ ਜਾਣ ਦੀ ਤਿਆਰੀ ਦੇ ਵਿੱਚ ਨੇ ਸਪੇਸਐਕਸ ਪਿਛਲੇ ਕੁਝ ਸਮਿਆਂ ਤੋਂ ਲਗਾਤਾਰ ਰਾਕਟਸ ਨੂੰ ਦੁਬਾਰਾ ਵਰਤਣ ਦੀ ਟੈਕਨੋਲੋਜੀ ਦੇ ਉੱਤੇ ਜਿਹੜਾ ਉਹ ਕੰਮ ਕਰ ਰਿਹਾ ਜਿਸ ਦੇ ਵਿੱਚ ਉਹਨਾਂ ਨੂੰ ਪਹਿਲੇ ਦੂਜੇ ਗੇਟ ਦੀ ਸਫਲਤਾ ਜਿਹੜੀ ਉਹ ਪ੍ਰਾਪਤ ਹੋ ਚੁੱਕੀ ਆ ਤੇ ਇਸੇ ਨੂੰ ਹੀ ਵਰਤਦੇ ਹੋਏ ਉਹ ਸਪੇਸਐਕਸ ਕੰਪਨੀ ਦੇ ذریعے ਨਿੱਜੀ ਲੋਕ ਜਿਨ੍ਹਾਂ ਕੋਲ ਕਾਫੀ ਪੈਸਾ ਹੈ ਜੋ ਇਸ ਦੇ ਉੱਤੇ ਲਾ ਸਕਦੇ ਨੇ ਉਹਨਾਂ ਨੂੰ ਚੰ드ਰਮਾ ਦੀ ਸੈਰ ਕਰਾਉਣ ਦੇ ਲਈ 2018 ਤੱਕ ਦੀ ਤਿਆਰੀ ਕਰ ਰਹੇ ਆ ਜੀ ਬਿਲਕੁਲ ਸਪੇਸਐਕਸ ਤੁਹਾਨੂੰ ਦੱਸਦੇ ਜਾਈਏ ਪਿੱਛੇ ਜੇ ਇੱਕ ਉਹ ਦੋ ਵੀਰਕਨ ਦੇ ਵਿੱਚ ਆਇਆ ਸੀ ਜਦੋਂ ਫੇਸਬੁੱਕ ਦੇ ਇੱਕ ਸੈਟੇਲਾਈਟ ਇਨ ਲਾਂਚ ਕਰਨ ਲੱਗੇ ਸੀ ਤੇ ਉਹ ਰਾਕਟ ਜਿਹੜਾ ਜੀ ਕ੍ਰੈਸ਼ ਕਰ ਗਿਆ ਸੀਗਾ ਸੈਟੇਲਾਈਟ ਲਾਂਚ ਨਹੀਂ ਹੋ ਪਾਈ ਸੀ ਪਰ ਜਿਹੜੇ ਜੀ ਇਲਨ ਮਸਕ ਹੈ ਉਹਨਾਂ ਦੇ ਇੱਕ ਸੁਪਨੇ ਵੀ ਜਿਹੜਾ ਮਾਰਸ ਦੇ ਉੱਤੇ ਅਤੇ ਮੂਨ ਦੇ ਉੱਤੇ ਕਹਿੰਦੇ ਕਲੋਨੀਆ ਬਨਾਉਮੀਆ ਮਨੁੱਖੀ ਕਲੋਨੀ ਜਿਹੜੀ ਉੱਥੇ ਬਣਾਉਣੀ ਹੈ ਸੋ ਦੱਸ ਰਹੇ ਤਕਰੀਬਨ 3 ਲੱਖ ਤੋਂ 4 ਲੱਖ ਜਿਹੜਾ ਜੀ ਮਾਈਲ ਦੀ ਇਹ ਦੂਰੀ ਉਹ ਇਸ ਦੇ ਜਿਹੜੇ ਰਾਕਟ ਦੇ ਨਾਲ ਤਿਆਰ ਕਰਨ ਦੀ ਤਿਆਰੀ ਦੇ ਵਿੱਚ ਜਿਸ ਦੇ ਵਿੱਚ ਅਨਜੀ ਜਿਹੜੇ ਲੋਕ ਹੈ ਇੱਕ ਐਸਟਰੋਨੌਟ ਨੂੰ ਛੱਡ ਕੇ ਉਹ ਉਹ ਜਾਨ ਬੈਠ ਕੇ ਜੀ ਬਿਲਕੁਲ ਅਕਸਰ ਜਿਹੜੇ ਐਸਟਰੋਨੌਟਸ ਹੁੰਦੇ ਆ ਜਿਹੜੇ ਸਪੇਸ ਅੰਤਰਿਕਸ਼ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਬਹੁਤ ਲੰਬੀ ਤਿਆਰੀ ਜਿਹੜੀ ਆ ਉਹ ਕਰਨੀ ਪੈਂਦੀ ਆ ਫਿਰ ਉਹਨਾਂ ਨੂੰ ਉਹ ਕਿਤੇ ਮੌਕਾ ਮਿਲਦਾ ਆ ਇਹ ਇਸ ਨੂੰ ਕਿਸ ਤਰੀਕੇ ਦੇ ਨਾਲ ਕਿਹੜੀ ਟ੍ਰੇਨਿੰਗ ਉਹਨਾਂ ਨੂੰ ਦੇਣਗੇ ਇਹ ਵੀ ਜਿਹੜੀਆਂ ਦੇਖਣ ਵਾਲੀਆਂ ਗੱਲਾਂ ਇਹ ਰਹਿਣਗੀਆਂ ਉਹਨਾਂ ਨੇ ਇਹ ਜਿਹੜਾ ਸੁਪਨਾ ਲੋਕਾਂ ਨੂੰ ਬਹੁਤ ਚਿਰ ਦਾ ਜਿਹੜਾ ਦਿਖਾਇਆ ਹੋਇਆ ਆ ਵੀ ਅਸੀਂ ਤੁਹਾਨੂੰ ਚੰਦਰਮਾ ਦੇ ਉੱਤੇ ਜਾਂ Mars ਦੇ ਉੱਤੇ ਸੈਰ ਕਰਾਉਣ ਦੇ ਲਈ ਲੈ ਕੇ ਜਾਇਆ ਕਰਾਂਗੇ ਇੱਕ ਕੰਪਨੀ ਜਿਹੜੀ ਵਰਜਨ ਜਿਸ ਤੇ ਹੁਣ ਜਹਾਜ਼ ਵੀ ਚਲਦੇ ਆ ਉਹਨਾਂ ਨੇ ਵੀ ਅੰਤਰਿਕਸ਼ ਦੀਆਂ ਉਡਾਨਾਂ ਭਰਨ ਦੀ ਗੱਲ ਕੀਤੀ ਸੀ ਪਰ ਕਿਤੇ ਨਾ ਕਿਤੇ ਉਹ ਫੇਲ ਹੋ ਗਏ ਸੀਗੇ ਪਰ ਸਪੇਸ ਐਕਸ ਨੇ ਨਾਸਾ ਤੋਂ ਵੀ ਇਜਾਜ਼ਤ ਜਿਹੜੀ ਇਸ ਦੇ ਕੋਲੋਂ ਜਿਹੜੀ ਹੈ ਮੰਨਿਆ ਜਾਂਦਾ ਹੈ ਵੀ ਲਈ ਹੋਈ ਆ ਸੋ ਇੱਕ ਤਕਨੀਕੀ ਤੌਰ ਦੇ ਉੱਤੇ ਲੋਕਾਂ ਦੇ ਲਈ ਇੱਕ ਕਹੋ ਵੀ ਸਾਇੰਸ ਦੇ ਵਿੱਚ ਇੱਕ ਵੱਡੀ ਖਬਰ ਇਸ ਨੂੰ ਦੇਖਿਆ ਜਾ ਰਿਹਾ ਹੈ ਤੇ ਇਹ ਜਿਹੜੀ ਤੁਸੀਂ ਰਾਈਡ ਲੈਣੀ ਹੈ ਜੇ ਲੈ ਸਕਦੇ ਹੋ ਇਸ ਦੀ ਕੀਮਤ ਲਗਭਗ ਦੱਸੀ ਜਾ ਰਹੀ ਵੀ 2.5 ਲੱਖ ਡਾਲਰ ਦੇ ਨਜ਼ਦੀਕ ਹੋਊਗੀ ਜੀ ਜੀ ਅਤੇ ਆਪਾਂ ਅਗਲੀ ਜੇ ਖਬਰ ਵੱਲ ਜਿਹੜਾ ਜਗਮਉਂਦ ਵੀ ਵਧੀਏ ਵੀ ਜਿਹੜਾ ਕਿਮ ਯੋਂਗ ਨੇ ਮਚੇਹਰਾ ਭਰਾਇਆ ਕਿਮ ਯੋਂਗ ਉਹਦਾ ਨਾਰਥ ਕੋਰੀਆ ਦਾ ਜਿਹੜਾ ਸ਼ਾਸਕ ਆ ਉਸ ਦੇ ਮਾਰਨ ਦੀ ਕਹਿੰਦੇ ਆ ਇਹ ਜਿਹੜੀ ਆ ਉਹ ਵਿਸ਼ੇਸ਼ ਤੌਰ ਦੇ ਤੇ ਕਿਮ ਯੋਂਗ ਉਹਦੇ ਵੱਲੋਂ ਆਖਿਆ ਗਿਆ ਹੈ ਸਾਊਥ ਕੋਰੀਆ ਦੀ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਨੇ ਇਸ ਚੀਜ਼ ਦਾ ਇਹ ਦਾਵਾ ਕੀਤਾ ਆ ਤੇ ਨਾਲ ਹੀ ਇਹ ਵੀ ਦਾਵਾ ਕੀਤਾ ਹੈ ਵੀ ਜਿਸ ਨੇ ਮਾਰਿਆ ਆ ਉਹ ਨਾਰਥ ਕੋਰੀਆ ਦੇ ਹੀ ਸਪਾਈਸ ਸੀਗੇ ਜਸੂਸ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਕੋਲਾ ਲੰਪਰ ਦੇ ਹਵਾਈ ਅੱਡੇ ਦੇ ਉੱਤੇ ਜਿਹੜਾ ਇੱਕ ਜ਼ਹਿਰ ਦੇ ਕੇ ਬਹੁਤ ਭਿਆਨਕ ਜ਼ਹਿਰ VX ਉਸ ਦੇ ਨਾਲ ਮਾਰ ਦਿੱਤਾ ਸੀ। ਬਿਲਕੁਲ ਜੀ ਇਹ ਖਬਰ ਉਦੋਂ ਹੀ ਫਰਮਾ ਜਿਹੜੀ ਸ਼ੁਰੂ ਹੋ ਗਈ ਸੀ ਜਦੋਂ ਉਸ ਦੀ ਮੌਤ ਹੋਈ ਸੀ ਕਿੰਗ ਜੋਗਨੈਮ ਦੀ ਜਦੋਂ ਤੋਂ ਕਿਉਂਕਿ ਜਿਹੜੇ ਜੀ ਇਹਨਾਂ ਦੇ ਆਪਣੇ ਚਚੇਰੇ ਭਰਾ ਦੇ ਨਾਲ ਜਿਹੜੇ ਜੀ ਨਾਰਥ ਕੋਰੀਆ ਦੇ ਸ਼ਾਸਕ ਕਿੰਗ ਜੋਗਉਨ ਉਹਨਾਂ ਦੇ ਨਾਲ ਬੰਨ੍ਹ ਹੀ ਨਹੀਂ ਸੀ ਉਹ ਪਰਿਵਾਰਕ ਜਿਹੜਾ ਜੀ ਡਿਫਰੈਂਸ ਇਹਨਾਂ ਦਾ ਸ਼ੁਰੂ ਤੋਂ ਰਿਹਾ ਕਿਉਂਕਿ ਆਪਣੇ ਪਰਿਵਾਰ ਦੀ ਵਿਚਾਰਧਾਰਾ ਦੇ ਕਿੰਗ ਜੋਗਨੈਮ ਥੋੜਾ ਜਿਹਾ ਉਲਟ ਚੱਲਦੇ ਸੀਗੇ ਥੋੜਾ ਲਿਬਰਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਇਸ ਲਈ ਮਲੇਸ਼ੀਆ ਦੇ ਵਿੱਚ ਲੋਕ ਛਿਪ ਕੇ ਰਹੇ ਸੀ ਜੀ ਤੇ ਜਗਮੋਨ ਜੀ ਜੇ ਆਪਾਂ ਥੋੜੀ ਜੀ ਗੱਲ ਡੈਮੋਕ੍ਰੇਟ ਨੈਸ਼ਨਲ ਕਾਨਫਰੰਸ ਜਿਹੜੀ ਕਮੇਟੀ ਉਸ ਦੀ ਕਰੀਏ ਉਹਨਾਂ ਦੀ ਵੀ ਇਲੈਕਸ਼ਨ ਜਿਹੜੀ ਆ ਹੋਈ ਆ ਪਿਛਲੇ ਦਿਨੀ ਜਿਸ ਦੇ ਵਿੱਚ ਜਿਹੜਾ ਇੱਕ ਨਵੇਂ ਬੰਦੇ ਨੂੰ ਉਹਨਾਂ ਦਾ ਚੇਅਰਮੈਨ ਆ ਉਹ ਜਿਹੜਾ ਐਲਾਨਿਆ ਗਿਆ ਆ ਜਿਸ ਦੇ ਵਿੱਚ ਟੌਮ ਪੈਰਿਸ ਉਹਨਾਂ ਨੂੰ ਹੁਣ ਨਵੇਂ ਚੇਅਰਮੈਨ ਜਿਹੜੇ ਡੈਮੋਕ੍ਰੇਟ ਨੈਸ਼ਨਲ ਕਮੇਟੀ ਦੇ ਬਣਾਏ ਗਏ ਨੇ ਇਹ ਇਸ ਦੇ ਉੱਤੇ ਜੇ ਟਿੱਪਣੀ ਜੇ ਸੁਣਨੀ ਹੋਵੇ ਤਾਂ ਬਰਨੀ ਸੈਂਡਰਸ ਨੇ ਕਿਹਾ ਵੀ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਪ੍ਰੋਸੈਸ ਹੋਇਆ ਆ ਉਹ ਉਸ ਤੋਂ ਸੰਤੁਸ਼ਟ ਨਹੀਂ ਹਨ ਇਹ ਇੱਕ ਵੱਡੀ ਗੱਲ ਆ ਕਿਉਂਕਿ ਡੀਐਨਸੀ ਨੇ ਬਰਨੀ ਸੈਂਡਰਸ ਨੂੰ ਕਹਿ ਸਕਦੇ ਆ ਵੀ ਇੱਕ ਧੋਖਾ ਕੀਤਾ ਸੀਗਾ ਉਹਨਾਂ ਦੀ ਪਿੱਠ ਦੇ ਵਿੱਚ ਛੁਰੀ ਖੋਪੀ ਸੀ ਜਦੋਂ ਉਹਨਾਂ ਦੀਆਂ ਜਿਹੜੀਆਂ ਈਮੇਲਾਂ ਜਿਹੜੀਆਂ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਜਦੋਂ ਇਲੈਕਸ਼ਨ ਹੋ ਰਹੀ ਸੀ ਵੀ ਬਰਨੀ ਸੈਂਡਰ ਨੂੰ ਕਿਸ ਤਰੀਕੇ ਨਾਲ ਹਰਾਉਣਾ ਹੈ ਹੈਲਰੀ ਕਲਿੰਟਨ ਨੂੰ ਕਿੱਦਾਂ ਅੱਗੇ ਲੈ ਕੇ ਆਉਣਾ ਹੈ ਉਸ ਦੇ ਵਿੱਚ ਡੀ ਐਨ ਸੀ ਦਾ ਇੱਕ ਅਹਿਮ ਰੋਲ ਸੀ ਉਸ ਤੋਂ ਬਾਅਦ ਦੇ ਵਿੱਚ ਡੀ ਐਨ ਸੀ ਨੰਗੀਆਂ ਹੋਈ ਸੀਗੀ ਪਰ ਲੋਕਾਂ ਦਾ ਕਿਤੇ ਨਾ ਕਿਤੇ ਉਸ ਤੋਂ ਵਿਸ਼ਵਾਸ ਟੁੱਟਿਆ ਸੀ ਜਿਸ ਕਰਕੇ ਬਹੁਤ ਸਾਰੇ ਬਰਨੀ ਸਪੋਰਟਰਜ਼ ਆ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਤੇ ਮੰਨਿਆ ਜਾਂਦਾ ਵੀ ਇਸੇ ਕਰਕੇ ਹੀ ਜਿਹੜਾ ਡੋਨਲਡ ਟਰੰਪ ਆ ਉਸ ਦੀ ਜਿੱਤ ਵੀ ਹੋਈ ਸੀ ਸੋ ਜੇ ਡੀ ਐਨ ਸੀ ਦੇ ਉੱਤੇ ਬਰਨੀ ਸੈਂਡਰਸ ਦਾ ਮੁੜ ਕੇ ਇਦਾਂ ਦਾ ਬਿਆਨ ਆਉਂਦਾ ਆ ਤਾਂ ਇੱਕ ਚਿੰਤਾ ਆ ਡੈਮੋਕ੍ਰੇਟ ਪਾਰਟੀ ਦੇ ਲਈ ਬਿਲਕੁਲ ਜੀ ਤੇ ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬਲੈਟ ਇੱਥੇ ਹੀ ਸਮਾਪਤ ਕਰਾਂਗੇ ਤੇ ਹੁਣ ਮੌਸਮ ਦੀ ਜਾਣਕਾਰੀ ਦੇ ਵੱਲ ਵਧਾਂਗੇ ਜੀ ਜੀ ਤੇ ਮੰਗਲਵਾਰ ਨੂੰ ਸੈਨੋਡੇ ਦੇ ਵਿੱਚ ਹਾਈ ਟੈਂਪਰੇਚਰ ਆਏਗਾ 98 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 39 ਡਿਗਰੀ ਸੈਨ ਫਰਾਂਸਿਸਕੋ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ ਸੈਕ੍ਰਮੈਂਟੋ ਦੇ ਵਿੱਚ 9° ਹੈ ਅਤੇ ਰਾਤ ਨੂੰ 35° ਲੋ, ਯੂਬਾ ਸਿਟੀ ਦੇ ਵਿੱਚ 9° ਹੈ ਅਤੇ ਰਾਤ ਨੂੰ 35° ਲੋ ਰਹੇਗਾ, ਸਟਾਕਟਨ ਦੇ ਵਿੱਚ 9° ਹੈ ਅਤੇ ਰਾਤ ਨੂੰ 34° ਲੋ, ਟ੍ਰੇਸੀ ਦੇ ਵਿੱਚ 9° ਹੈ ਅਤੇ ਰਾਤ ਨੂੰ 37° ਲੋ ਰਹੇਗਾ, ਮੋਡੇਸਟੋ ਦੇ ਵਿੱਚ 9° ਹੈ ਅਤੇ ਰਾਤ ਨੂੰ 37° ਲੋ, ਫਰੇਜ਼ਨੋ ਦੇ ਵਿੱਚ 58° ਹੈ ਅਤੇ ਰਾਤ ਨੂੰ 35° ਲੋ ਰਹੇਗਾ, ਬੇਕਰਸਫੀਲਡ ਦੇ ਵਿੱਚ 58° ਹੈ ਅਤੇ ਰਾਤ ਨੂੰ 39° ਲੋ, ਲਾਸ ਐਂਜਲਸ ਦੇ ਵਿੱਚ 64° ਹੈ ਅਤੇ ਰਾਤ ਨੂੰ 46° ਲੋ ਰਕੀ ਦੇ ਵਿੱਚ ਰਹੇਗਾ ਜੀ 32 ਡਿਗਰੀ ਹਾਈ ਅਤੇ ਰਾਤ ਨੂੰ 9 ਡਿਗਰੀ ਲੋ ਸਾਊਥ ਲੇਕ ਟਾਹੋ ਦੇ ਵਿੱਚ 35 ਡਿਗਰੀ ਹਾਈ ਅਤੇ ਰਾਤ ਨੂੰ 11 ਡਿਗਰੀ ਲੋ ਰਹੇਗਾ ਪੋਰਟਲੈਂਡ ਓਰੇਗਨ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ ਇੱਥੇ ਬੂੰਦਾਬੰਦੀ ਦੇ ਹੋਣ ਦੇ ਚਾਂਸ ਹਨ ਇਸ ਦੇ ਨਾਲ ਨਾਲ ਸੈਟਲ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ ਇੱਥੇ ਵੀ ਬੂੰਦਾਬੰਦੀ ਹੋ ਸਕਦੀ ਹੈ ਐਰੀਜ਼ੋਨਾ ਫਲੈਕਸਟਾਫ ਦੇ ਵਿੱਚ ਟੈਂਪਰੇਚਰ 35 ਡਿਗਰੀ ਹਾਈ ਅਤੇ ਰਾਤ ਨੂੰ 13 ਡਿਗਰੀ ਲੋ ਸੌਲਟ ਰਿਕ ਸਿਟੀ ਯੂਟਾ ਦੇ ਵਿੱਚ 36 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋ ਇੱਥੇ ਵੀ ਬਰਫਬਾਰੀ ਦੇ 50% ਚਾਂਸਸ ਦੱਸੇ ਜਾ ਰਹੇ ਹਨ ਸ਼ਿਕਾਗੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ ਇੱਥੇ ਰਾਤ ਨੂੰ ਮੀਂਹ ਪੈਣ ਦੇ ਪੂਰੇ ਯਸਾਰ ਹਨ ਨਿਊਯਾਰਕ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ ਇੱਥੇ ਰਾਤ ਨੂੰ ਮੀਂਹ ਪਵੇਗਾ ਹੁਣ ਵਧਦੇ ਹਾਂ ਜੀ ਕੈਨੇਡਾ ਦੇ ਮੌਸਮ ਦੇ ਵੱਲ ਤੇ ਟੋਰਾਂਟੋ ਕੈਨੇਡਾ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ ਰਹੇਗਾ ਵਿਨੀਪੈਗ ਦੇ ਵਿੱਚ -6 ਡਿਗਰੀ ਸੈਲਸੀਅਸ ਹੈ ਅਤੇ ਰਾਤ ਨੂੰ -13 ਡਿਗਰੀ ਸੈਲਸੀਅਸ ਲੋ ਕੈਲਗਰੀ ਦੇ ਵਿੱਚ -6 ਡਿਗਰੀ ਸੈਲਸੀਅਸ ਹੈ ਅਤੇ ਰਾਤ ਨੂੰ -13 ਡਿਗਰੀ ਸੈਲਸੀਅਸ ਲੋ ਅਤੇ ਵੈਂਕੂਵਰ ਦੇ ਵਿੱਚ 6 ਡਿਗਰੀ ਸੈਲਸੀਅਸ ਹੈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋਰ ਹੋਵੇਗਾ ਪੰਜਾਬ ਅੰਮ੍ਰਿਤਸਰ ਦੇ ਵਿੱਚ 27 ਡਿਗਰੀ ਸੈਲਸੀਅਸ ਹੈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ ਅਤੇ ਮੈਲਬਨ ਆਸਟ੍ਰੇਲੀਆ ਦੇ ਵਿੱਚ 33 ਡਿਗਰੀ ਸੈਲਸੀਅਸ ਹੈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋਰ ਹੋਵੇਗਾ ਲੰਡਨ ਦੇ ਵਿੱਚ 7 ਡਿਗਰੀ ਸੈਲਸੀਅਸ ਹੈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਅਤੇ ਬਰਲਿਨ ਜਰਮਨੀ ਦੇ ਵਿੱਚ 11 ਡਿਗਰੀ ਸੈਲਸੀਅਸ ਹੈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋਰ ਹੋਵੇਗਾ ਅਤੇ ਫਰਾਂਸ ਪੈਰਿਸ ਦੇ ਵਿੱਚ 8 ਡਿਗਰੀ ਸੈਲਸੀਅਸ ਹੈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋਰ ਹੋਵੇਗਾ ਤੇ ਸੋਦੇ ਸੋਨੇ ਸੇ ਤੁਸੀਂ ਵੈਦਰ ਰਿਪੋਰਟ ਹੋ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਦੇ ਬਾਰੇ ਦੱਸੇ ਜਾਈਏ ਸੋਮਵਾਰ ਦੇ ਵਿੱਚ ਮਾਰਕੀਟ ਦੀ ਕਲੋਜ਼ਿੰਗ ਦੇ ਵਿੱਚ ਡਾਉ ਜੋਨਸ ਦੇ ਵਿੱਚ 15 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ 20837 ਦੇ ਉੱਤੇ ਮਾਰਕੀਟ ਕਲੋਜ਼ ਹੋਈ ਨਾਸਟੈਕ ਦੇ ਵਿੱਚ 16 ਪੁਆਇੰਟ ਵਧੇ 5800 ਬਾਜ਼ਾਰ ਦੇ ਉਤੇ ਮਾਰਕੀਟ ক্লোਜ਼ ਹੋਈ ਐਸ ਐਨ ਪੀ ਦੇ ਵਿੱਚ 2 ਪਾਰ ਵਧੇ 2369 ਦੇ ਉਤੇ ਮਾਰਕੀਟ ক্লোਜ਼ ਹੋਈ ਤੇ ਇਸ ਦੇ ਨਾਲ ਨਾਲ ਵਿਲਸ਼ੈਰ 5000 ਦੇ ਵਿੱਚ 44 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ 24734 ਦੇ ਉੱਤੇ ਮਾਰਕੀਟ ਕਲੋਜ਼ ਹੋਈ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟੈਸਲਾ ਦਾ ਰਿਹਾ ਜਿਸ ਦੀ ਕੀਮਤ 246 ਡਾਲਰ 60 ਸੈਂਟ ਰਹੀ ਤੇ ਹੁਣ ਜੇ ਐਕਸਚੇਂਜ ਰੇਟ ਦੇ ਬਾਰੇ ਦੱਸ ਜਾਈਏ ਇੱਕ ਯੂ ਐਸ ਡਾਲਰ ਦੀ ਕੀਮਤ 66 ਰੁਪਏ 73 ਪੈਸੇ ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 59 ਪੈਸੇ ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 82 ਰੁਪਏ 96 ਪੈਸੇ ਇੱਕ ਯੂਰੋ ਦੀ ਕੀਮਤ 70 ਰੁਪਏ 63 ਪੈਸੇ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 54 ਰੁਪਏ 31 ਪੈਸੇ ਰਹੀ। ਇਸ ਦੇ ਨਾਲ ਨਾਲ 1 ਨਿਊਜ਼ੀਲੈਂਡ ਡਾਲਰ ਦੀ ਕੀਮਤ 47.98 ਪੈਸੇ। ਸਿੰਗਾਪੁਰ ਡਾਲਰ ਦੀ ਕੀਮਤ 47.50 ਪੈਸੇ, 1 ਬਹਿਰਨ ਦੇ ਦਿਨਾਰ ਦੀ ਕੀਮਤ 176.99 ਪੈਸੇ। ਇੱਕ ਕੁਇਵਦੇ ਦੇ ਨਾਲ ਦੀ ਕੀਮਤ 218 ਰੁਪਏ 51 ਪੈਸੇ ਰਹੀ ਇੱਕ ਯੂ ਐਸ ਡਾਲਰ ਦੀ ਕੀਮਤ 1 ਡਾਲਰ 32 ਸੈਂਟ ਕੈਨੇਡੀਅਨ ਡਾਲਰ ਰਹੀ ਸੋਨੇ ਦਾ ਭਾਅ 1253 ਡਾਲਰ 13 ਸੈਂਟ ਪ੍ਰਤੀ ਆਉਂਸ ਚਾਂਦੀ ਦਾ ਭਾਅ 18 ਡਾਲਰ 32 ਸੈਂਟ ਪ੍ਰਤੀ ਆਉਂਸ ਰਿਹਾ ਤੇ ਜਗਮੋਨ ਜੀ ਆਪਾਂ ਹੁਣ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਨੇ ਆ ਅੱਜ ਦਾ ਆਪਣਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਨ ਹੁਣ ਇੱਥੇ ਹੀ ਸਮਾਪਤ ਹੁੰਦਾ ਆ ਮੈਨੂੰ ਰਾਜਕਨਬੀਰ ਸਿੰਘ ਨੂੰ ਮੈਨੂੰ ਜਗਮਉਂ ਸਿੰਘ ਨੂੰ ਇਜਾਜ਼ਤ ਦਿਓ ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਅੱਜ ਜੋੜ ਕੇ ਨਿੱਗੀ ਜਹੀ ਸਤਿ ਸ੍ਰੀ ਅਕਾਲ ਜੀ ਯੂਨੀਵਰਸਟੀ ਰਿਓ ਹਾਸਤੇ ਖੇਲਦੇ ਰਿਓ ਸੁਣਦੇ ਰਿਓ ਪੰਜਾਬੀ ਰੇਡੀਓ ਯੂਐਸਏ